ਖੁੱਲ੍ਹਾ ਗਾੜੀ ਗਾੜੀ ਦੇਖੋ ਚੜ 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 ਜਾਣਾ ਰੇਲਵੇ ਸਟੇਸ਼ਨ ਸੱਚਖੰਡ ਐਕਸਪ੍ਰੈਸ ਨਵੀਂ ਦਿੱਲੀ ਸਟੇਸ਼ਨ 'ਤੇ 1:31 ਟ੍ਰੇਨ ਪਹੁੰਚੀ ਹੈ। ਮੈਂ ਇਹ ਟ੍ਰੇਨ ਵਿੱਚ ਸਫ਼ਰ ਨਵੀਂ ਦਿੱਲੀ ਤੋਂ ਲੈ ਕੇ ਰਾਜਪੁਰਾ ਜੰਕਸ਼ਨ ਤੱਕ ਕਰ ਰਿਹਾ। ਮੈਂ ਫਰੀਦਾਬਾਦ ਤੋਂ ਇਹਦੇ ਜਨਰਲ ਕੋਚ ਵਿੱਚ ਯਾਤਰਾ ਕਰਕੇ ਅੱਗੇ ਨਵੀਂ ਦਿੱਲੀ ਤੋਂ ਮੇਰੀ ਜਨਰਲ ਏਜੰਸੀ ਸੈਕਿੰਡ ਸੀਟਿੰਗ ਵਿੱਚ ਤੁਹਾਨੂੰ ਇੱਥੋਂ ਇਸਦਾ ਡਿਪਾਰਚਰ ਨਵੀਂ ਦਿੱਲੀ ਤੋਂ ਡਿਪਾਰਚਰ ਕਰਦੀ ਸੱਚਖੰਡ ਸੁਪਰ ਐਕਸਪ੍ਰੈਸ ਪੂਰੇ 2 ਘੰਟੇ ਲੇਟ ਡਿਪਾਰਚਰ ਹੋ ਰਹੇ। ਮੈਂ ਇਸ ਟ੍ਰੇਨ ਵਿੱਚ ਰਾਜਪੁਰਾ ਸਟੇਸ਼ਨ ਤੱਕ ਹੀ ਯਾਤਰਾ ਕਰਾਂਗਾ। ਫਰੀਦਾਬਾਦ ਨੂੰ ਲੈ ਕੇ ਨਵੀਂ ਦਿੱਲੀ ਤੱਕ ਮੈਂ ਜਨਰਲ ਕੋਚ ਵਿੱਚ ਆਇਆ। ਤੁਸੀਂ ਉਸਦਾ ਹਾਲ ਦੇਖਿਆ, ਬਹੁਤ ਭੀੜ ਹੁੰਦੀ ਹੈ ਜਨਰਲ ਕੋਚ ਵਿੱਚ। ਚਲੋ ਦਿਖਾਉਣੇ ਤੁਹਾਨੂੰ ਅਗਲੇ ਸਟੋਪ 'ਤੇ ਇਸਦਾ। We'll be right back.
ਐਕਸਪ੍ਰੈਸ 1764 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੇ 28ਵੇਂ ਹਾਲਟ ਕਰਨਾਲ ਪਹੁੰਚ ਚੁੱਕੀ। ਇੱਥੇ ਟ੍ਰੇਨ ਪੂਰੇ 3 ਘੰਟੇ ਲੇਟ ਪਹੁੰਚੀ ਹੈ। ਕਰਨਾਲ ਸਟੇਸ਼ਨ ਦਾ ਸਟੇਸ਼ਨ ਤੋਂ ਕੇਜੂਐਨ ਇਹ ਸਟੇਸ਼ਨ 1892 ਓਪਨ ਹੋਇਆ ਸੀ 132 ਸਾਲ ਪਹਿਲਾਂ। ਇਸ ਸਟੇਸ਼ਨ ਦੇ 3 ਪਲੇਟਫਾਰਮ ਅਤੇ ਕੁੱਲ 4 ਟਰੈਕ। ਚਲੋ ਦਿਖਾਉਣੇ ਤੁਹਾਨੂੰ ਕਰਨਾਲ ਸਟੇਸ਼ਨ ਤੋਂ ਸੱਚਖੰਡ ਐਕਸਪ੍ਰੈਸ ਦਾ ਡਿਪਾਰਚਰ। ਸੌ 91 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸੱਚਖੰਡ ਐਕਸਪ੍ਰੈਸ ਆਪਣੇ 29ਵੇਂ ਹੋਲਟ ਕੁਰਕਸ਼ੇਤਰ ਜੰਕਸ਼ਨ 'ਤੇ ਪਹੁੰਚ ਚੁੱਕੀ ਹੈ। ਇਹ ਟ੍ਰੇਨ ਇੱਥੇ ਪੂਰੇ 3 ਘੰਟੇ ਲੇਟ ਪਹੁੰਚੀ ਹੈ। ਚਲੋ ਦਿਖਾਉਣਾ ਤੁਹਾਨੂੰ ਕੁਰਕਸ਼ੇਤਰ ਜੰਕਸ਼ਨ ਤੋਂ ਸੱਚਖੰਡ ਐਕਸਪ੍ਰੈਸ ਦਾ ਡਿਪਾਰਚਰ। ਇਸ 6 ਵਜੇ ਡਿਪਾਰਚਰ ਕਰਦੀ ਹੋਈ ਕੁਰਕਸ਼ੇਤਰ ਜੰਕਸ਼ਨ ਤੋਂ ਸੱਚਖੰਡ ਐਕਸਪ੍ਰੈਸ।
ਅਤੇ ਪਹੁੰਚਣ ਦਾ ਟਾਈਮ 4:30 ਸੀ, ਪਰ ਇਹ ਟ੍ਰੇਨ 3 ਘੰਟੇ ਦੇ 7 ਵਜੇ ਪਹੁੰਚ ਗਈ। ਚਲੋ ਦਸੋਣੇ ਦਾ 12 ਘੰਟੇ ਕੈਂਸਲ ਅਤੇ ਸਟ੍ਰੇਨ ਦਾ ਡਰਾਈਵਰ ਸੱਤ 18 'ਤੇ ਡਿਪਾਰਚਰ ਕਰਦੀ ਹੋਈ ਅੰਬਾਲਾ ਕੰਟ ਸਟੇਸ਼ਨ ਤੋਂ ਸੱਚਖੰਡ ਐਕਸਪ੍ਰੈਸ। ਇਸ ਟ੍ਰੇਨ ਨੇ ਤਾਂ ਪੂਰਾ ਮੂਡ ਖਰਾਬ ਕਰਕੇ ਰੱਖ ਦਿੱਤਾ। ਸੱਤ 7:20 ਹੋ ਚੁੱਕੇ ਹਨ, 4:25 ਦਾ ਅਤੇ ਅੰਬਾਲਾ ਕੈਂਟ ਸਟੇਸ਼ਨ 'ਤੇ ਸੱਚਖੰਡ ਐਕਸਪ੍ਰੈਸ ਦਾ ਅਰਾਈਵਲ ਸੀ। ਲਓ ਜੀ, ਪਹੁੰਚ ਗਈ ਰਾਜਪੁਰਾ ਜੰਕਸ਼ਨ 'ਤੇ, 2:53 ਲੇਟ ਸੱਚਖੰਡ ਐਕਸਪ੍ਰੈਸ। ਮੇਰਾ ਇਸ ਟ੍ਰੇਨ ਵਿੱਚ ਸਫ਼ਰ ਇੱਥੋਂ ਤੱਕ ਹੀ ਸੀ। ਚਲੋ ਦਿਖਾਵਾਂਗੇ ਅੱਗੋਂ ਜਦੋਂ ਕਿਤੇ ਕਿਸੇ ਟ੍ਰੇਨ ਵਿੱਚ ਸਫ਼ਰ ਕੀਤਾ ਤਾਂ ਉਸ ਟ੍ਰੇਨ ਦੀ ਜਰਨੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਕਰਗੀ। ਰਾਜਪੁਰਾ ਜੰਕਸ਼ਨ ਤੋਂ ਸੱਚਖੰਡ ਐਕਸਪ੍ਰੈਸ ਡਿਪਾਰਚਰ ਬਾਏ ਵਾਈਸ।